ਤੁਸੀਂ ਦੇਖ ਰਹੇ ਹੋ ਦਾਬਾ ਟਾਈਮ। ਮੈਂ ਹਰਪ੍ਰੀਤ ਸਿੰਘ ਹੈਪੀ। ਅੱਜ ਸਾਡੇ ਵਿੱਚ ਵਿਆਹ ਸਮਾਰੋਹ ਦੇ ਵਿੱਚ ਅਜੀਤ ਸੋਡ ਦੇ ਵਿੱਚ ਪ੍ਰੈਸਰ ਦਾਵਾ ਜੀ ਮੌਜੂਦ ਨੇ। ਉਹਨਾਂ ਦੇ ਕਦਰ ਨਾਲ ਗੱਲਬਾਤ, ਜੋ ਕਿ ਦਿੱਲੀ ਦੇ ਵਿੱਚ 3 ਕਾਲੇ ਕਾਨੂੰਨ ਰੱਦ ਹੋਏ ਉਹਨਾਂ ਦੇ ਸੰਬੰਧ ਦੇ ਵਿੱਚ ਅੱਜ ਗੱਲਬਾਤ ਕਰਨ ਜਾ ਰਹੇ ਆ ਪ੍ਰੈਸਰ ਰੰਧਾਵਾ ਜੀ ਨਾਲ। ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਆਪਣਾ ਪ੍ਰਿੰਸ ਰੰਧਾਵਾ, ਜਿਨ੍ਹਾਂ ਨੂੰ ਤੁਸੀਂ ਰੰਧਾਵਾ ਬ੍ਰਦਰ ਦੇ ਨਾਮ ਤੋਂ ਜਾਣਦੇ ਹੋ। ਅਤੇ ਬੜੀ ਹੀ ਖੁਸ਼ੀ ਵਾਲੀ ਗੱਲ ਹੈ, ਬੜਾ ਬੜਭਾਗਾ ਸਮਾਂ ਆਇਆ। ਜਿਹੜੇ ਕਾਲੇ ਕਾਨੂੰਨ ਜਿਹੜੇ 3 ਬਣਾਏ ਸੀਗੇ ਮੋਦੀ ਸਰਕਾਰ ਨੇ, ਉਹ ਕੱਲ੍ਹ ਰੱਦ ਹੋ ਗਏ ਨੇ। ਅਤੇ ਸਾਰੇ ਕਿਸਾਨ ਜਿੰਨੇ ਵੀ ਜਥੇਬੰਦੀਆਂ, ਜਿੰਨੇ ਵੀ ਪਿੰਡਾਂ 'ਚ ਕਿਸਾਨ ਨੇ, ਅਸੀਂ ਵੀ ਕਿਸਾਨ ਹਾਂ, ਅਤੇ ਸਾਰਿਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਾਂ। ਮੈਂ ਇਹੀ ਉਮੀਦ ਕਰਦਾ ਵਾਹਿਗੁਰੂ ਤੋਂ ਕਿ ਕਦੀ ਵੀ ਜ਼ਿੰਦਗੀ ਵਿੱਚ ਇੱਦਾਂ ਦਾ ਮੌਕਾ ਨਾ ਆਵੇ ਕਿ ਸਾਡੇ ਜਿਹੜੇ ਆਪਣੇ ਪਰਿਵਾਰ ਨੇ, ਜਿਹੜੇ ਕਿਸਾਨ ਵੀਰ ਨੇ, ਉਹਨਾਂ ਨੂੰ ਜਾ ਕੇ ਕਿ ਇੱਦਾਂ ਧਰਨਿਆਂ 'ਤੇ ਜਾ ਕੇ ਬਹਿਣਾ ਪਵੇ, ਕਿ ਵਾਹਿਗੁਰੂ ਇੱਦਾਂ ਹਮੇਸ਼ਾ ਮਿਹਰ ਰੱਖੇ ਅਤੇ ਸਾਰੀ ਚੜ੍ਹਦੀ ਕਲਾ 'ਚ ਰਹੋ। ਸਤਿ ਸ਼੍ਰੀ ਅਕਾਲ। ਇਹ ਸੀ ਸਾਡੇ ਨਾਲ ਪ੍ਰਿੰਸ ਰੰਧਾਵਾ ਜੀ, ਜੋ ਕਿ ਕਹਿ ਰਹੇ ਨੇ ਦਿੱਲੀ ਦੇ 3 ਕਾਲੇ ਕਾਨੂੰਨ ਜੋ ਰੱਦ ਹੋ ਚੁੱਕੇ, ਉਹਨਾਂ ਦੀਆਂ ਵਧਾਈਆਂ ਦੇ ਰਹੇ ਨੇ।